ਅੰਮ੍ਰਿਤਸਰ ਪੁਲਿਸ ਨੇ ਪਿਛਲੇ ਦਿਨੀ ਗੁਰੂ ਬਾਜ਼ਾਰ ਦੇ ਵਿਚ ਹੋਈ 33 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਹੱਲ ਕਰਦੇ ਹੋਏ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ। ਨੌਜਵਾਨ 33 ਲੱਖ ਦਾ ਸੋਨਾ ਅਤੇ 2 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਦੁਕਾਨ ਦੇ ਵਿਚ ਕੰਮ ਕਰ ਰਹੇ ਕਾਰੀਗਰ ਨੂੰ ਗੋਲੀ ਮਾਰ ਕੇ ਉਥੋਂ ਫਰਾਰ ਹੋ ਗਏ ਸੀ। ਪੁਲਿਸ ਦੇ ਮੁਤਾਬਿਕ ਨੌਜਵਾਨ ਕਾਫ਼ੀ ਸਮੇਂ ਤੋਂ ਦੁਕਾਨ ਦੀ ਰੈਕੀ ਵੀ ਕਰਦੇ ਸੀ ਅਤੇ ਉਨ੍ਹਾਂ ਦੇ ਵੱਲੋਂ ਦੁਕਾਨ ਲੁੱਟਣਾ ਆਸਾਨ ਲੱਗਿਆ ਕਿਉਂਕਿ ਦੁਕਾਨਦਾਰ ਸਭ ਤੋਂ ਲੇਟ ਦੁਕਾਨ ਬੰਦ ਕਰਦਾ ਸੀ। 10 ਤਰੀਕ ਰਾਤ ਨੂੰ ਕਰੀਬ 8:30 ਵਜੇ ਗੁਰੂ ਬਾਜ਼ਾਰ ਦੇ ਵਿੱਚ ਇੱਕ ਲੁੱਟਖੋਹ ਦੀ ਵਾਰਦਾਤ ਹੋ ਗਈ ਸੀ ਸੁਨਿਆਰੇ ਦੀ ਦੁਕਾਨ 'ਤੇ, ਜਿਹਦੇ ਵਿੱਚ ਤਕਰੀਬਨ ਜਿਹੜਾ ਹੈਗਾ 1100 ਗ੍ਰਾਮ ਜਿਹੜਾ ਕਿਲੋ ਦੇ ਕਰੀਬ ਜਿਹੜਾ ਸੋਨਾ ਚਲੇ ਗਿਆ ਸੀਗਾ ਔਰ ਨਾਲ ਹੀ ਚਾਂਦੀ ਅਤੇ ਕੁਛ ਜਿਹੜੀ ਨਗਦੀ ਗਈ ਸੀ। ਇਸ ਸੰਬੰਧ ਦੇ ਵਿੱਚ ਸ਼੍ਰੀ ਵਾਸਤਵ ਕਮਿਸ਼ਨਰ ਅੰਮ੍ਰਿਤਸਰ ਉਹਨਾਂ ਨੇ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਸੀਗਾ, ਜਿਹਦੇ ਵਿੱਚ SP ਇਨਵੈਸਟੀਗੇਸ਼ਨ ਸਰਦਾਰ ਹਰਜੀਤ ਸਿੰਘ, ਮਨਜੀਤ ਸਿੰਘ ACP ਸਾਊਥ, CA ਇੰਸਪੈਕਟਰ ਅਤੇ SHO ਕੋਤਵਾਲੀ ਦੀ ਜਿਹੜੀ ਇਹ ਸਾਂਝੀ ਟੀ ਆਪਰੇਸ਼ਨ ਚੱਲ ਰਿਹਾ ਸੀਗਾ। ਇਸ ਟੀਮ ਵੱਲੋਂ ਜਿਹੜਾ ਬੜਾ ਬਰੀਕੀ ਦੇ ਨਾਲ ਜਿਹੜੀ ਹੈਗੀ ਆ ਉਹ ਇਨਵੈਸਟੀਗੇਸ਼ਨ ਕੀਤੀ ਗਈ। ਇਸ ਇਨਵੈਸਟੀਗੇਸ਼ਨ ਦੌਰਾਨ ਅੱਜ ਬੜੀ ਵੱਡੀ ਸਫਲਤਾ ਮਿਲੀ ਜਦੋਂ ਇਸ ਵਾਰਦਾਤ ਵਿੱਚ ਸ਼ਾਮਿਲ ਜਿਹੜੇ ਅਸੀਂ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਤੋਂ ਅਸੀਂ 980 ਗ੍ਰਾਮ ਜਿਹੜੀ ਆ ਚਾਂਦੀ ਰਿਕਵਰ ਕਰ ਲਈ, 1300 ਗ੍ਰਾਮ ਜਿਹੜਾ ਗੋਲਡ, 13 ਗ੍ਰਾਮ ਗੋਲਡ ਅਤੇ 1 ਅਸੀਂ 32 ਬੋਰ ਦਾ ਪਿਸਟਲ ਵਿੱਚ ਨਾਲ ਉਹਦੇ 5 ਜਿਹੜੇ ਰੌਂਦ ਅਸੀਂ ਜਿਹੜੇ ਆ ਉਹ ਰਿਕਵਰ ਕੀਤੇ ਆ। ਔਰ ਇਹਨਾਂ ਇਹ ਜਿਹੜੇ ਦੋਸ਼ੀ ਆ ਇਹਨਾਂ 'ਤੇ ਔਲਰੇਡੀ ਪਹਿਲਾਂ ਵੀ ਪਰਚੇ ਦਰਜ ਆ। ਉਹ ਇਹ ਟੋਟਲ ਜਿਹੜੀ ਵਾਰਦਾਤ ਨੂੰ ਅੰਜਾਮ ਆ ਉਹ 7 ਵਿਅਕਤੀਆਂ ਨੇ ਦਿੱਤਾ ਸੀਗਾ, ਜਿਹੜੇ ਪਹਿਲਾਂ ਹੀ ਸਾਨੂੰ ਜਿਹੜੇ ਵਾਂਟਡ ਅਕਿਊਜ਼ਡ ਹੈਗੇ ਆ ਅਸੀਂ ਉਹਨਾਂ ਨੂੰ ਨੋਮੀਨੇਟ ਹੋ ਚੁੱਕੇ ਆ, ਜਲਦੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਾਂਗੇ। ਇਹ ਜਿਹੜੇ ਸਾਰੇ ਦੋਸ਼ੀ ਆ ਇਹ ਸਾਰੇ ਇੱਥੇ ਲੋਕਲ ਰਹਿਣ ਵਾਲੇ ਆ ਔਰ ਪਹਿਲਾਂ ਵੀ ਜਿਹੜੇ ਵਾਰਦਾਤਾਂ ਦੇ ਵਿੱਚ ਸ਼ਾਮਿਲ। ਨਹੀਂ ਇਹ ਲਿੰਕ ਨਹੀਂ ਸੀਗਾ, ਇਹ ਆਲਰੇਡੀ ਜਿਹੜੀਆਂ ਹੈਗੀਆਂ ਜਿਹੜੇ ਹੁਣ ਅਸੀਂ 2 ਦੋਸ਼ੀ ਫੜੇ ਆ ਇਹ ਪਹਿਲਾਂ ਵੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇ ਵਿੱਚ ਸ਼ਾਮਿਲ ਆ। ਜਿਹੜੇ 7 ਦੇ 7 ਦੋਸ਼ੀ ਆ ਇਹਨਾਂ ਦੇ ਖਿਲਾਫ਼ ਪਹਿਲਾਂ ਵੀ ਜਿਹੜੇ ਸੰਗੀਨ ਜੁਰਮਾਂ ਦੇ ਜਿਹੜੇ ਮੁਕੱਦਮੇ ਦਰਜ ਆ। ਜਿਹੜੇ ਗੋਲਡ ਦੀ ਰਿਕਵਰੀ ਰਹਿ ਗਈ ਆ, ਜਿਹੜੀ ਚਾਂਦੀ ਆ ਉਹ ਰਿਕਵਰ ਹੋ ਗਈ ਆ ਕੁਛ, ਉਹਦੇ ਵਿੱਚੋਂ ਜਿਹੜਾ 13 ਗ੍ਰਾਮ ਆ ਅਸੀਂ ਜਿਹੜਾ ਗੋਲਡ ਰਿਕਵਰ ਕਰ ਲਿਆ, ਵੈਪਨ ਰਿਕਵਰ ਕਰ ਲਏ ਆ। ਜਿਹੜੇ ਦੋਸ਼ੀ ਆ 5 ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਬਾਕੀ ਆ। ਵਾਰਦਾਤ ਵਿੱਚ ਸ਼ਾਮਿਲ ਵਰਤਿਆ ਗਿਆ ਜਿਹੜਾ ਮੋਟਰਸਾਈਕਲ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ, ਜਿਹੜਾ ਵੈਪਨ ਯੂਜ਼ ਹੋਇਆ ਉਹ ਵੀ ਰਿਕਵਰ ਕਰ ਲਿਆ। ਨਹੀਂ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਦੋਸ਼ੀ ਆ ਇਹ ਹਜੇ ਸਿਰਫ 2 ਦੋਸ਼ੀ ਗ੍ਰਿਫਤਾਰ ਕੀਤੇ ਆ, ਬਾਕੀ ਅਸੀਂ ਅੱਜ ਹੀ ਇਹਨਾਂ ਨੂੰ ਗ੍ਰਿਫਤਾਰ ਕੀਤਾ। 5 ਦੋਸ਼ੀ ਜਿਹੜੇ ਗ੍ਰਿਫਤਾਰ ਕਰਨੇ ਬਾਕੀ ਆ, ਇਹਨਾਂ ਨੇ ਆਪਸ ਦੇ ਵਿੱਚ ਜਿਹੜਾ ਸਮਾਨ ਵੰਡ ਲਿਆ ਸੀਗਾ, ਜਿਹੜਾ ਹਿੱਸਾ ਇਹਨਾਂ ਦੇ ਆਇਆ ਉਹ ਅਸੀਂ ਰਿਕਵਰ ਕਰ ਲਿਆ, ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਸੀਂ ਬਾਕੀ ਵੀ ਜਿਹੜੀ ਆ ਰਿਕਵਰੀ ਕਰ ਲਾਂਗੇ। ਇਹਨਾਂ ਦਾ ਬਹੁਤਾ ਕੋਈ ਜ਼ਿਆਦਾ ਨਹੀਂ ਸੀ ਕਿਉਂਕਿ ਇਹਨਾਂ ਇਹ ਇਕੱਠੇ ਹੀ ਪਹਿਲਾਂ ਵੀ ਜੇਲ੍ਹ ਦੇ ਵਿੱਚ ਇਕੱਠੇ ਰਹੇ ਆ, ਕੋ ਅਕਿਊਜ਼ਡ ਸੀਗੇ। ਇਹਨਾਂ ਨੇ ਆਪਸ 'ਚ ਪਲੈਨਿੰਗ ਬਣਾਈ ਵੀ ਕਿਤੋਂ ਕੋਈ ਲੁੱਟ ਖੋਹ ਕਰੀਏ। ਇਹਨਾਂ ਨੇ ਜਿਹੜਾ ਸੌਫਟ ਟਾਰਗੇਟ, ਕਿਉਂਕਿ ਇਹ ਦੁਕਾਨ ਬੜੀ ਅੰਦਰ ਕਰਕੇ ਸੀਗੀ ਔਰ ਸਾਰਿਆਂ ਤੋਂ ਲੇਟ ਰਾਤ ਨੂੰ ਬੰਦ ਕਰਦੇ ਸੀਗੇ, ਇਹ ਇਸੇ ਇਲਾਕੇ ਦੇ ਭੇਤੀ ਸੀਗੇ, ਇੱਥੇ ਘੁੰਮਦੇ ਫਿਰਦੇ ਰਹਿੰਦੇ ਸੀ। ਇਹਨਾਂ ਨੇ ਦੇਖਿਆ ਵੀ ਉੱਥੇ ਸ਼ਾਮ ਨੂੰ ਸਿਰਫ ਜਿਹੜੇ 2 ਵਿਅਕਤੀ ਹੁੰਦੇ ਆ ਔਰ ਦੁਕਾਨ 'ਤੇ ਕੋਈ ਕੈਮਰਾ ਨਹੀਂ ਹੁੰਦਾ, ਕੋਈ ਗਾਰਡ ਨਹੀਂ ਹੁੰਦਾ। ਇਸ ਕਰਕੇ ਇਹਨਾਂ ਨੇ ਸੌਫਟ ਟਾਰਗੇਟ ਸਮਝ ਕੇ ਜਿਹੜਾ ਇੱਥੇ ਜਿਹੜਾ ਆਪਣਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਸਰ ਅੱਗੇ ਦੁਕਾਨਾਂ ਨੂੰ ਜਿਸ ਤਰ੍ਹਾਂ ਲੇਟ ਬੰਦ ਆਪਾਂ ਕਿਸੇ ਵਾਸਤੇ ਕੱਢਿਆ ਹੈ, ਲੇਟ
ਜਿਹੜੇ ਆਲਰੇਡੀ ਸਾਡੀ ਵੈਸੇ ਅਸੀਂ ਉੱਥੇ ਆਪਣੀ ਪੈਟਰੋਲਿੰਗ ਪਾਰਟੀਜ਼ ਜਿਹੜੀਆਂ ਡਿਪਲਾਈ ਕੀਤੀਆਂ ਹੋਈਆਂ ਜਿਹੜੇ ਇੱਦਾਂ ਦੇ ਬਾਜ਼ਾਰ ਹੈਗੇ ਆ। ਬਾਕੀ ਫਿਲਹਾਲ ਕੋਈ ਇਸ ਤਰ੍ਹਾਂ ਦੀ ਇੰਸਟਰਕਸ਼ਨ ਨਹੀਂ, ਕਿਉਂਕਿ ਉਹਨਾਂ ਦਾ ਕਾਰੋਬਾਰ ਹੈਗਾ, ਉਹਨਾਂ ਦੇ ਆਪਣੇ ਕਾਰੋਬਾਰ 'ਤੇ ਅਸੀਂ ਕੋਈ ਉਹਨਾਂ ਨੂੰ ਇੱਦਾਂ ਨਹੀਂ ਕਹਿ ਸਕਦੇ ਵੀ ਉਹ ਆਪਣੀ ਦੁਕਾਨ ਹੈਗੀ ਉਹ ਜਲਦੀ ਬੰਦ ਕਰੇ ਜਾਂ ਕਿਸ ਤਰ੍ਹਾਂ ਵੀ ਹੈ। ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰਾਂਗੇ। ਅਸੀਂ ਜਿਹੜੇ ਆ ਇੱਕ ਹਫ਼ਤੇ ਦੇ ਵਿੱਚ ਜਿਹੜੀ 10 ਤਰੀਕ ਨੂੰ ਵਾਰਦਾਤ ਹੋਈ ਸੀਗੀ, ਅਸੀਂ ਅੱਜ ਜਿਹੜੇ ਇਹ ਦੋਸ਼ੀ ਗ੍ਰਿਫਤਾਰ ਕਰ ਲਏ। ਉਹ ਜਿਹੜਾ ਮੇਨ ਦੋਸ਼ੀ ਹੈਗਾ ਰਿੰਕਾ ਅਤੇ ਰਜਤ ਮਲਹੋਤਰਾ ਕਰਨ, ਹਾਂ ਇਹਨਾਂ ਨੇ ਜਿਹੜੀ ਗੋਲੀ ਚਲਾਈ ਆ। ਨਹੀਂ ਇਹ ਗੈਂਗ ਹੀ ਸੀਗੇ, 7 ਜਣੇ ਇਹ ਆਪਸ 'ਚ ਇੱਕ ਗੈਂਗ ਆ ਪੂਰਾ ਕਰਨ ਮਸਤੀ। ਮੈਂ ਤੁਹਾਨੂੰ ਦੱਸਿਆ ਵੀ ਇਹ ਸਾਰੇ ਹੀ ਉਸ ਇਲਾਕੇ ਦੇ ਵਿੱਚ ਘੁੰਮਦੇ ਰਹੇ ਆ। ਜਗੇਸ਼ ਜਿਹੜਾ ਹੈਗਾ ਇਹਨਾਂ ਦੇ ਨਾਲ ਪਹਿਲਾਂ ਕੋ ਅਕਿਊਜ਼ ਰਿਹਾ, ਇਹਨਾਂ ਨੇ ਆਪਸ ਦੇ ਵਿੱਚ ਸਕੀਮ ਬਣਾਈ ਵੀ ਇਹ ਜਿਹੜਾ ਸੌਫਟ ਟਾਰਗੇਟ ਆ ਇਹ ਸਭ ਤੋਂ, ਕਿਉਂਕਿ ਵੇਖਦੇ ਰਹਿੰਦੇ ਸੀਗੇ, ਇਹਨਾਂ ਨੇ ਉਹ ਜਗ੍ਹਾ ਨੂੰ ਚੂਜ਼ ਕੀਤਾ ਜਿੱਥੇ ਇਹ ਕੋਈ ਅੱਗਿਓਂ ਜਿਹੜਾ ਇਹਨਾਂ ਨੂੰ ਅਪੋਜ਼ ਨਾ ਕਰ ਸਕੇ। ਨਹੀਂ ਫਿਲਹਾਲ ਕੋਈ ਨਸ਼ਾ ਵਾਲੀ ਗੱਲ ਨਹੀਂ, ਅੱਜ ਹੀ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ, ਫਰਦਰ ਅਸੀਂ ਪੁਲਿਸ ਰਿਮਾਂਡ ਲੈ ਕੇ ਅੱਗੇ ਪੁੱਛਗਿੱਛ ਕਰਾਂਗੇ। ਸੁਰੱਖਿਆ ਵੈਸੇ ਅਸੀਂ ਓਵਰਆਲ ਹੀ ਜਿਹੜਾ ਡਿਪਲਾਇਮੈਂਟ ਸਾਡੇ ਕੋਲ ਪੈਰਾਮਿਲਟਰੀ ਵਗੈਰਾ ਫੋਰਸ ਵੀ ਆਈ ਆ, ਅਸੀਂ ਓਵਰਆਲ ਹੀ ਜਿਹੜੀ ਆ ਸਿਟੀ ਦੀ ਸੁਰੱਖਿਆ ਜਿਹੜੀ ਵਧਾਈ ਹੋਈ ਆ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਰਜੀਤ ਸਿੰਘ ਦੀ ਰਿਪੋਰਟ।